ਟ੍ਰਿਕ ਨੰਬਰ 2 ਤੁਸੀਂ ਹਮੇਸ਼ਾ ਆਪਣੇ ਫੇਸ ਸ਼ੇਪ ਤੋਂ ਆਪੋਜ਼ਿਟ ਫਰੇਮ ਚੂਜ਼ ਕਰਨਾ ਹੈ ਤੁਹਾਡਾ ਜੇ ਫੇਸ ਰਾਉਂਡ ਹੈ ਰਾਉਂਡ ਵੇਅਰ ਨਹੀਂ ਕਰਾਂਗੇ ਅਸੀਂ ਸ਼ਾਰਪ ਐਂਡ ਐਜੀ ਗਲਾਸਿਸ ਵੇਅਰ ਕਰਾਂਗੇ ਉਦੇ ਹੀ ਉਲਟ ਸਿਮਿਲਰਲੀ ਜੇ ਆਪਣਾ ਫੇਸ ਐਂਗੂਲਰ ਤੇ ਛੜਾ ਸ਼ਾਰਪ ਹੈ ਦੈਨ ਅਸੀਂ ਸ਼ਾਰਪ ਨਹੀਂ ਰਾਉਂਡ ਵੇਅਰ ਕਰਾਂਗੇ ਫੇਸ ਸਟਰਕਚਰ ਸ਼ੇਪਸ ਵੀ 6 ਤਰ੍ਹਾਂ ਦੀਆਂ ਹੁੰਦੀਆਂ ਨੇ ਪਤਾ ਕਿਹੜੀ-ਕਿਹੜੀਆਂ ਰਾਉਂਡ ਡਾਇਮੰਡ ਓਵਲ ਲੌਂਗ ਸਕੁਅਰ ਐਂਡ ਤ੍ਰਾਇੰਗਲ ਨੈਕਸਟ ਵੀਕ ਦੇ ਵਿੱਚ ਇਨ ਸਾਰੇ ਸ਼ਿਪਸ ਬਾਰੇ ਗੱਲ ਕਰਾਂਗੇ ਪ੍ਰੋਪਰਲੀ ਇਨ ਡੀਟੇਲ ਐਂਡ ਤੁਹਾਡੀ ਫੇਸ ਸ਼ਿਪ ਐਗਜ਼ੈਕ ਉਦੀ ਪਰ ਵੀ ਗੱਲ ਕਰਾਂਗੇ ਤੇ ਆਪਰੇ ਕੋ ਆਪਸ਼ਨਸ ਹੋਰ ਕੀ ਕੀ ਹੋਣਗੇ ਫਰੇਮ ਚੂਜ਼ ਕਰਨ ਦੇ ਆ ਫੋਲੋ ਕਰਨ ਨਾਲ ਭੁੱਲਿਓ ਫੋਲੋ ਮੀ ਰਾਈਟ ਨਾਓ ਸਤਿ ਸ਼੍ਰੀ ਅਕਾਲ